ਬਲਦੇਵ ਸਿੰਘ ਦਾ ਨਾਵਲ ਅਫਲਾਤੂ ਦੇ 37ਵੇਂ ਅੰਗ ਦਾ ਬਾਕੀ ਦਾ ਹਿੱਸਾ। ਬੇਇੱਜ਼ਤੀ ਤਾਂ ਇਹਦੇ 'ਚ ਮੇਰੀ ਵੀ ਹੋਈ ਹੈ ਥਾਣੇਦਾਰ ਸਾਹਿਬ, ਸਾਰੇ ਕੋਠਿਆਂ 'ਚ ਗੱਲ ਫੈਲ ਗਈ। ਤੁਸੀਂ ਕੇਸ ਪਾਉਣਾ ਤਾਂ ਮੇਰੇ 'ਤੇ ਪਾ ਦਿਓ, ਮੈਂ ਭੁਗਤੂ, ਗਰੀਬ ਸੀਰੀ ਨੂੰ ਮੈਂ ਕਿਉਂ ਫਸਾਵਾਂ। ਮੈਨੂੰ ਇਹ ਵੀ ਭਿਣਕ ਹੈ ਕਰਤੂਤ ਕਿਹਦੀ ਹੈ, ਮੈਂ ਸਮਝਦੀ ਹਾਂ ਤੁਹਾਨੂੰ ਵੀ ਮੂੰਹ ਰੱਖਣਾ ਪੈਂਦਾ। ਵੀਰਪਾਲ ਕੌਰ ਦੀਆਂ ਖਰੀਆਂ ਗੱਲਾਂ ਸੁਣ ਕੇ ਥਾਣੇਦਾਰ ਨੂੰ ਕੁਰਸੀ ਉੱਤੇ ਬੈਠਣਾ ਔਖਾ ਹੋ ਗਿਆ। ਮੇਜ਼ ਉੱਤੇ ਪਿਆ ਪੇਪਰ ਵੇਟ ਘੁਮਾਉਣ ਲੱਗਾ। ਵਿਧੀ ਚੰਦ ਵੀਰਪਾਲ ਕੌਰ ਦਾ ਇਹ ਨਵਾਂ ਹੀ ਰੂਪ ਵੇਖ ਰਿਹਾ ਸੀ। SHO ਨੇ ਮੁਨਸ਼ੀ ਨੂੰ ਸੱਦਿਆ, ਸਬੱਬ ਨਾਲ ਜਾਂ ਪਹਿਲਾਂ ਤੈਅ ਕੀਤੀ ਸਕੀਮ ਅਨੁਸਾਰ ਨਵਾਂ ਸਬ ਇੰਸਪੈਕਟਰ ਵੀ ਆ ਗਿਆ। SHO ਨੇ ਵੀਰਪਾਲ ਕੌਰ ਅਤੇ ਵਿਧੀ ਚੰਦ ਨੂੰ ਕਿਹਾ, ਇੱਕ ਮਿੰਟ ਬਾਹਰ ਬੈਠੋ ਪਲੀਜ਼। ਜਦ ਦੋਵੇਂ ਬਾਹਰ ਨਿਕਲ ਗਏ ਤਾਂ ਮੁਨਸ਼ੀ ਨੇ ਕਿਹਾ, ਜਨਾਬ ਸੋਚ ਲਓ, ਅਜੇ ਤਾਂ 4 ਦਿਨ ਹੀ ਹੋਏ ਆ, ਆਪਾਂ 20,000 ਫੜ ਕੇ ਲਿਆਏ ਹਾਂ, ਦੂਜੀ ਵਾਰੀ ਨਹੀਂ ਕਹਿਣ ਦਿੱਤਾ। ਝੱਟ ਮੈਡਮ ਅੰਦਰੋਂ ਕੱਢ ਲਈ, ਕਦੇ ਦਾਰੂ ਮੁਰਗੇ ਖਵਾਉਣ ਤੋਂ ਬਿਨਾਂ ਆਪਾਂ ਨੂੰ ਆਉਣ ਨਹੀਂ ਦਿੱਤਾ। ਕਿਹੜੇ ਮੂੰਹ ਨਾਲ ਮੈਂ ਪਰਚਾ ਦਰਜ ਕਰਾਂ, ਮੈਂ ਸਭ ਸਮਝਦਾ, ਥਾਣੇਦਾਰ ਬੇਬਸੀ ਜਿਹੀ ਨਾਲ ਬੋਲਿਆ। ਸਾਬਕਾ ਸਰਪੰਚ ਦੇ ਮੱਥੇ ਲੱਗਣ ਜੋਗੇ ਵੀ ਤਾਂ ਰਹਿਣਾ ਸੀ, ਕੱਲ੍ਹ ਨੂੰ ਉਹਨਾਂ ਦੀ ਸਰਕਾਰ ਆ ਜਾਣੀ ਹੈ, ਆਪਾਂ ਤਾਂ ਧੂ ਧੂ ਆ। ਤੂੰ ਐਂ ਕਰ, ਸਿਪਾਹੀਆਂ ਨੂੰ ਆਖ ਸਾਰਾ ਸਮਾਨ ਟਰਾਲੀ 'ਚ ਉਵੇਂ ਲੱਦ ਦਿਓ, ਅਤੇ ਤੂੰ ਆਸੇ ਪਾਸੇ ਰਹਿ, ਦਫ਼ਤਰ 'ਚ ਨਾ ਬਾਈ। ਮੈਂ ਵੀ ਬਹਾਨੇ ਨਾਲ ਬਾਹਰ ਚੱਲਿਆ, ਸਰਪੰਚਣੀ ਦੀ ਆਪਾਂ ਨੂੰ ਹਰ ਵਕਤ ਲੋੜ ਪੈਣੀ ਹੈ, ਸਮਝ ਗਿਆ। ਅਤੇ ਤੂੰ ਬਈ, ਥਾਣੇਦਾਰ ਨਵੇਂ ਇੰਸਪੈਕਟਰ ਵੱਲ ਝਾਕਿਆ, ਐਵੇਂ ਲੰਘਦਾ ਟੱਪਦਾ ਆਖਦੇ, ਸੋਰੀ ਮੈਡਮ ਪਤਾ ਨਹੀਂ ਸੀ। ਠੀਕ ਹੈ ਸਰ। ਅਤੇ ਫਿਰ ਥਾਣੇਦਾਰ ਸਾਹਿਬ ਦੀ ਵਿਉਂਤ ਨਾਲ ਸਾਰੇ ਇੱਧਰ ਉੱਧਰ ਹੋ ਗਏ। ਜਦੋਂ ਮੰਡੀ ਵਾਲੇ ਪਾਸੇ ਦੀ ਸੱਤ ਕੋਲ ਦੀ ਭੱਠੀ ਦਾ ਸਾਰਾ ਸਮਾਨ ਲੱਦੀ ਵੀਰਪਾਲ ਕੌਰ ਦੀ ਟਰੈਕਟਰ ਟਰਾਲੀ ਖੇਤਾਂ ਵਾਲੀ ਪਹੀ ਪੈ ਗਈ ਤਾਂ ਸੱਥ 'ਚ ਬੈਠੇ ਲੋਕ ਹੈਰਾਨ ਰਹਿ ਗਏ। ਵੱਢ ਖਾਣਿਆਂ ਦਾ ਆਤੂ ਉੱਥੇ ਬੈਠਾ ਸੀ, ਬੋਲਿਆ, ਆਹ ਤਾਂ ਬਈ ਸਰਪੰਚਣੀ ਸ਼ੇਰ ਦੇ ਮੂੰਹ 'ਚੋਂ ਸ਼ਿਕਾਰ ਖੋਹ ਲਿਆਈ, ਹੱਥਾਂ 'ਤੇ ਸਰੋਂ ਜਮਾ ਕੇ ਦਿਖਾਤੀ ਬਈ, ਇੱਕ ਹੋਰ ਬੋਲਿਆ। ਅਤੇ ਸਰਪੰਚਣੀ ਦਾ ਸੀਰੀ ਮੋਟਰ 'ਤੇ ਪਹੁੰਚ ਕੇ ਫਿਰ ਭੱਠੀ ਚਾਲੂ ਕਰਨ ਦੇ ਔੜ ਪੌੜ 'ਚ ਰੁੱਝ ਗਿਆ। ਕੋਠਿਆਂ ਦੀਆਂ ਦੋਹਾਂ ਸੱਥਾਂ 'ਚ ਅਤੇ ਘਰਾਂ 'ਚ ਸਰਪੰਚਣੀ ਦੀ ਦਲੇਰੀ 'ਤੇ ਪਹੁੰਚਦੀਆਂ ਗੱਲਾਂ ਹੋਣ ਲੱਗੀਆਂ। ਸਰਪੰਚ ਉਸ ਦਿਨ ਵੀਰਪਾਲ ਕੌਰ ਦੇ ਹੁੰਦਿਆਂ ਥਾਣੇਦਾਰ ਨੂੰ ਕੁਛ ਨਾ ਆਖ ਸਕਿਆ। ਦੂਜੇ ਦਿਨ ਭਰਿਆ ਪੀਤਾ ਥਾਣੇ ਗਿਆ। ਸਰਪੰਚ ਦੇ ਤੇਵਰ ਅਤੇ ਰੋਸ ਵੇਖ ਕੇ ਥਾਣੇਦਾਰ ਨੇ ਆਪਣੀ ਮਜਬੂਰੀ ਦਰਸਾਈ। ਸਰਪੰਚ ਸਾਹਿਬ, ਤੁਸੀਂ ਆਪ ਦੱਸੋ ਕੀ ਕਰਦਾ ਮੈਂ, ਚੰਡੀਗੜ੍ਹੋਂ ਫੋਨ ਆ ਗਿਆ, ਅਸੀਂ ਆਪਣੀ ਨੌਕਰੀ ਵੀ ਬਚਾਉਣੀ ਹੈ, ਸਾਡੀ ਕਾਰਵਾਈ ਤਾਂ ਧੇਲਾ ਮੁੱਲ ਨਹੀਂ ਪੈਂਦਾ, ਤੁਸੀਂ ਮੁਖਬਰੀ ਕੀਤੀ, ਤੁਸੀਂ ਮੌਕੇ 'ਤੇ ਜਾ ਫੜੇ, ਉੱਤੋਂ ਫੋਨ ਆ ਗਿਆ, ਛੱਡਣੇ ਪਏ, ਕਹਿਣਾ ਨਹੀਂ ਮੰਨਦੇ ਤਾਂ ਬਾਲ ਬੱਚੇਦਾਰ ਹਾਂ ਸਰਪੰਚ ਸਾਹਿਬ, ਤੁਹਾਨੂੰ ਕੀ ਦੱਸੀਏ, ਨੌਕਰੀ ਖਾਤਰ ਕਿੰਨੀ ਜਲਾਲਤ ਸਹਿਣੀ ਪੈਂਦੀ ਹੈ। 10 ਕੁ ਸਾਲਾਂ ਦੇ ਇੱਕ ਮੁੰਡੇ ਨੂੰ ਸਕੂਟਰ ਚਲਾਉਂਦਿਆਂ ਫੜ ਲਿਆ, ਚਲਾਨ ਕੱਟਤਾ, ਉਹਦੇ ਪਿਓ ਦੀ ਮੰਤਰੀ ਨਾਲ ਰਿਸ਼ਤੇਦਾਰੀ ਸੀ, 15 ਮਿੰਟਾਂ ਬਾਅਦ ਫੋਨ ਖੜਕ ਗਿਆ, ਚਲਾਨ ਕੈਂਸਲ ਹੁੰਦਾ ਨਹੀਂ ਸੀ, ਜੁਰਮਾਨਾ ਕੋਲੋਂ ਭਰਿਆ, ਸਕੂਟਰ ਤਾਂ ਛੱਡਣਾ ਹੀ ਪਿਆ, ਸਾਡਾ ਹੌਲਦਾਰ 2 ਮਹੀਨੇ ਸਸਪੈਂਡ ਰਿਹਾ, ਆਹ ਹਾਲ ਹੈ ਸਾਡਾ, ਹੁਣ ਇਸ ਕਾਰਵਾਈ ਉੱਪਰ ਪਤਾ ਨਹੀਂ ਉੱਪਰੋਂ ਕੀ ਹੁਕਮ ਆਉਣਾ। ਸਰਪੰਚ ਚੁੱਪ ਕਰਕੇ ਮੁੜ ਆਇਆ, ਉਹ ਕੀ ਆਖਦਾ, ਥਾਣੇਦਾਰ ਨੇ ਸਾਰੇ ਰਾਹ ਰੋਕ ਲਏ ਸੀ। ਕੋਠੀ ਆ ਕੇ ਉਹਨੇ ਵਿਧੀ ਚੰਦ ਨੂੰ ਸੱਦਣ ਲਈ ਸੁਨੇਹਾ ਭੇਜਤਾ। 2 ਸਾਲਾਂ ਦੇ ਭੇਡ 'ਚੋਂ ਵਿਧੀ ਚੰਦ ਟਲਣਾ ਚਾਹੁੰਦਾ ਸੀ, ਉਹਨੇ ਪੰਤੋ ਨੂੰ ਸਮਝਾਇਆ, ਮੈਂ ਹਫ਼ਤੇ ਕੁ ਲਈ ਬਾਹਰ ਚੱਲਿਆ, ਤੂੰ ਹਰ ਰੋਜ਼ ਆ ਕੇ ਸਫਾਈ ਕਰਨੀ ਹੈ, ਕੋਈ ਪੁੱਛੇ ਤਾਂ ਆਖਦੀ ਦੱਸ ਕੇ ਨਹੀਂ ਗਿਆ, ਮੈਂ ਸੂਬੇਦਾਰ ਹੈ, ਇੰਨੇ ਦਿਨ ਕਿੱਥੇ ਜਾਣਾ, ਤੈਨੂੰ ਪਤਾ ਹੈ ਮੇਰਾ ਇੱਕ ਗੁਰੂ ਹੈ, ਉਹਦੇ ਦਰਸ਼ਨਾਂ ਨੂੰ ਚੱਲਿਆ ਬਹੁਤ ਸਾਲ ਹੋ ਗਏ, ਜਿਹੜਾ ਅੱਖਾਂ ਦੀ ਦਾਰੂ ਦਿੰਦਾ ਉਹੀ ਉਹੀ, ਵਿਧੀ ਚੰਦ ਨੇ ਕਿਹਾ। ਲੈ ਸੱਚ ਨਹੀਂ ਭਰਾਵਾਂ ਦੀ, ਮੇਰਾ ਤਾਂ ਜਾਣੀ ਦਿਮਾਗ ਹੀ ਨਹੀਂ ਰਿਹਾ। ਸੂਬੇਦਾਰਾ, ਪਾਕਿਸਤਾਨੀਆਂ ਦੀ ਮੁਖਤਿਆਰੋ ਆਈ ਸੀ, ਪੁੱਛਦੀ ਸੀ ਬਾਬਾ ਜੀ ਕਿੱਥੇ ਆ, ਪੰਤੋ ਨੇ ਪੱਟਾਂ 'ਤੇ ਹੱਥ ਮਾਰਦਿਆਂ ਦੱਸਿਆ। ਉਹਨੂੰ ਕੀ ਮੇਰੀ ਲੋੜ ਪੈ ਗਈ ਇਸ ਉਮਰ 'ਚ, ਵਿਧੀ ਚੰਦ ਨੇ ਅੱਖ ਦੱਬੀ, ਵੀ ਉਹ ਗੱਲ ਨਹੀਂ ਆ ਸੂਬੇਦਾਰਾ, ਜਿਹੜੀ ਤੂੰ ਸੋਚਦਾ, ਆਉਂਦੀ ਸੀ ਉਹਦਾ ਜੇਠ ਬਾਹਲੀ ਦਾਰੂ ਪੀਂਦਾ, ਫਿਰ ਰਾਤ ਨੂੰ ਛੱਲੀਆਂ ਵਾਂਗੂ ਕੁੱਟਦਾ, ਮੁਖਤਿਆਰੋ ਨਾ ਕੁੱਟ ਖਾਇਆ ਕਰੇ,
ਆਖੇ ਆਖੇ ਲੱਗ ਜਾਇਆ ਕਰੇ। ਵਿਧੀ ਚੰਦ ਨੇ ਫਿਰ ਅੱਖ ਦੱਬੀ, ਬੇ ਫੋਟ ਮੁਖਤਿਆਰੂ ਨੂੰ ਥੋੜ੍ਹਾ ਹੀ ਕੁੱਟਦਾ, ਆਪਦੀ ਤੀਵੀਂ ਨੂੰ ਕੁੱਟਦਾ, ਕਾਹਤੋਂ ਕੁੱਟਦਾ, ਕੁਛ ਡੋਲਦੀ ਵਿਗਾੜਦੀ ਹੈ। ਤੀਵੀਆਂ ਦੀਆਂ 20 ਗੱਲਾਂ ਹੁੰਦੀਆਂ, ਉਹ ਤਾਂ ਬਾਹਲਾ ਰੋਂਦੀ ਸੀ। ਕਹਿੰਦੀ ਸੀ ਬਾਬਾ ਜੀ ਤੋਂ ਕੋਈ ਧਾਗਾ ਤਵੀਤ ਕਰਾ ਕੇ ਬੰਨਣਾ ਰਿੱਛ ਦੇ ਗਲ 'ਚ ਜੇ ਟਿਕ ਜੇ ਤਾਂ। ਵਿਧੀ ਚੰਦ ਹੌਲੀ ਜਿਹੀ ਬੋਲਿਆ, ਜੇ ਹੁਣ ਆਈ ਤਾਂ ਆਖੀ ਮੈਂ ਬਾਬਾ ਜੀ ਨੂੰ ਦੱਸੀ ਹੈ ਸਾਰੀ ਗੱਲ, ਉਹ ਤੇਰੇ ਵਾਸਤੇ ਧਾਗਾ ਤਵੀਤ ਲੈਣ ਗਿਆ ਆਪਣੇ ਗੁਰੂ ਕੋਲ, ਮੈਂ ਛੇਤੀ ਮੁੜੂੰ। ਸੂਬੇਦਾਰ ਕਿੰਨਾ ਕਿੰਨੀ ਕੁ ਛੇਤੀ ਮੁੜੇਗਾ, ਮੇਰਾ ਤਾਂ ਆਪ ਬੁਲਾਈ ਔਖਾ ਹੋ ਜਾਣਾ ਤੇਰੇ ਬਿਨਾਂ ਸੱਚੀ। ਭੰਤੋ ਵਿਧੀ ਚੰਦ ਵੱਲ ਹੇਰਵੇ ਨਾਲ ਝਾਕੀ, ਭੰਤੋ ਜਾਣਾ ਤਾਂ ਆਪਣੇ ਵੱਸ ਹੈ, ਆਉਣਾ ਨਹੀਂ, ਜਿੰਨਾ ਚਿਰ ਗੁਰੂ ਛੁੱਟੀ ਨਹੀਂ ਦਿੰਦਾ ਆਇਆ ਨਹੀਂ ਜਾਣਾ। ਬਾਹਰੋਂ ਸਰਪੰਚ ਦੇ ਸੀਰੀ ਨੇ ਆਵਾਜ਼ ਮਾਰੀ, ਵਿਧੀ ਚੰਦ ਓਹਲੇ ਹੋ ਗਿਆ, ਭੰਤੋ ਨੂੰ ਇਸ਼ਾਰਾ ਕੀਤਾ। ਸੂਬੇਦਾਰ ਤਾਂ ਭਾਈ ਗੁਰੂਆਂ ਦੇ ਦਰਸ਼ਨ ਕਰਨ ਗਿਆ, 5-7 ਦਿਨਾਂ ਨੂੰ ਆਓ। ਦਰਾਂ ਤੋਂ ਬਾਹਰ ਨਿਕਲ ਕੇ ਭੰਤੋ ਨੇ ਸੀਰੀ ਨੂੰ ਦੱਸਿਆ, ਸੀਰੀ ਮੁੜ ਗਿਆ। ਵਿਧੀ ਚੰਦ ਪਹਿਲਾਂ ਹੀ ਬੈਗ ਤਿਆਰ ਕਰੀ ਬੈਠਾ ਸੀ, ਉਹ ਸਕੂਲ ਵਾਲੇ ਪਾਸੇ ਦੀ ਬੱਸ ਅੱਡੇ ਤੋਂ ਮਿੰਨੀ ਬੱਸ ਫੜਨ ਲਈ ਗਲੀਆਂ ਪੈ ਗਿਆ। ਅਜੇ ਅੱਡੇ 'ਚ ਪਹੁੰਚਿਆ ਨਹੀਂ ਹੋਣਾ ਸਰਪੰਚਣੀ ਦਾ ਸੀਰੀ, ਭਈਆ ਸੇਵਾ ਆਇਆ। ਭੰਤੋ ਨੇ ਉਹਨੂੰ ਵੀ ਇਹੋ ਆਖਿਆ, ਸੂਬੇਦਾਰ ਤਾਂ ਗਿਆ ਗੁਰੂ ਦੇ ਦਰਸ਼ਨਾਂ। ਅੰਗ 38 ਬੱਸ ਅੱਡੇ ਉੱਤੇ ਵਿਧੀ ਚੰਦ ਨੂੰ ਵੇਖ ਕੇ ਬਲਕਾਰ ਖੁਸ਼ ਹੋ ਗਿਆ। ਉਹ ਬੋਲੇ, ਜਥੇਦਾਰਾ ਕਦੇ ਦਰਸ਼ਨ ਹੀ ਨਹੀਂ ਹੋਏ, ਐਂ ਹੈ ਬਲਕਾਰਿਆ, ਗੁਰੂ ਘਰ ਦੀ ਸੇਵਾ ਅਤੇ ਲੋਕਾਂ ਦੇ ਕੰਮਾਂ ਧੰਦਿਆਂ 'ਚ ਹੀ ਫਸਿਆ ਰਿਹਾ। ਤੂੰ ਸੁਣਾ ਤੇਰੀ ਕਾਟੋ ਕੀ ਕਹਿੰਦੀ ਹੈ? ਫੁੱਲਾਂ 'ਤੇ ਹੈ ਪੂਰੀ ਖਿੜੀ ਟੈਕਰੇ 'ਚ, ਪੂਛ ਤਾਹਾਨੂੰ। ਬਲਕਾਰ ਨੇ ਉਂਗਲੀ ਟੇਢੀ ਕਰਕੇ ਪੂਛ ਵਾਂਗ ਬਣਾਈ ਅਤੇ ਹੱਸਣ ਲੱਗਾ। ਢਾਬੇ ਵਾਲੇ ਨੂੰ ਚਾਹ ਬਣਾਉਣ ਦਾ ਹੁਕਮ ਦੇ ਕੇ ਉਹ ਗੱਪਾਂ ਮਾਰਨ ਲੱਗੇ। ਬਲਕਾਰ ਨੂੰ ਅਚਾਨਕ ਯਾਦ ਆਇਆ, ਸੱਚ ਮਝੈਲ ਨੂੰ ਨਹੀਂ ਮਿਲਣਾ, ਗੇੜਾ ਲੈ ਕੇ ਨਹੀਂ ਗਿਆ? ਵਿਧੀ ਚੰਦ ਨੇ ਹੈਰਾਨੀ ਨਾਲ ਪੁੱਛਿਆ, ਕਾਹਨੂੰ ਯਾਰ, ਉਹ ਤਾਂ ਬਾਹਲਾ ਹੀ ਔਖਾ ਹੈ, ਪੁੱਛਣਾ ਔਖਾ ਹੈ, ਕੀ ਹੋ ਗਿਆ ਉਹਨੂੰ? ਉਹਦਾ ਚੁੱਕਣਾ ਹਿੱਲ ਗਿਆ ਯਾਰ, ਉਹਦੇ ਕੋਲ ਤਾਂ ਤੁਰਿਆ ਵੀ ਨਹੀਂ ਜਾਂਦਾ। ਕਿਵੇਂ ਹਿੱਲ ਗਿਆ ਚੁੱਕਣਾ? ਉਹ ਬੱਸ ਦਾ ਕੰਮ ਕਰਾਉਂਦਾ ਸੀ, ਇਸਣੇ ਰਿਮ ਟਾਇਰ ਚੁੱਕਣ ਲੱਗਾ, ਜੜਾਕਾ ਜਿਹਾ ਪਿਆ। ਪਹਿਲਾਂ 3-4 ਦਿਨ ਤਾਂ ਚੁੱਕ ਪੈ ਗਈ ਅਤੇ ਭੁਲੇਖੇ 'ਚ ਹੀ ਕੋਡਾ ਕੋਡਾ ਜਿਹਾ ਫਿਰਦਾ ਰਿਹਾ, ਨਾ ਹੀ ਆਰਾਮ ਆਇਆ। ਤਾਂ ਇੱਥੇ ਮੰਡੀ 'ਚ ਹੀ ਹੈਗਾ ਇੱਕ ਸਿਆਣਾ, ਨੇੜੇ ਹੀ ਹੈ ਇੱਥੇ, ਉਹਦੇ ਕੋਲੋਂ ਮਾਲਿਸ਼ ਕਰਾਉਣ ਜਾਂਦਾ ਰੋਜ਼, ਹੁਣ ਤਾਂ ਬਹੁਤ ਫਰਕ ਹੈ। ਬਲਕਾਰ, ਮੈਂ ਤਾਂ ਯਾਰ ਪਤਾ ਲੈ ਕੇ ਆਊਂ ਮਝੈਲ ਦਾ, ਮੇਰਾ ਤਾਂ ਟਾਈਮ ਹੋਇਆ ਪਿਆ ਖਾਲਸਾ, ਤੂੰ ਆ ਚੌਂਕ ਲੰਘ ਕੇ ਅੱਗੇ ਸੱਜੇ ਪਾਸੇ ਸਿਨਮੇ ਵਾਲੀ ਗਲੀ 'ਚ ਜਿਹਨੂੰ ਮਰਜ਼ੀ ਪੁੱਛ ਲਈ, ਮਾਲਿਸ਼ ਵਾਲਾ ਗੇਲੂ ਕਿੱਥੇ ਹੈ? ਵਿਧੀ ਚੰਦ ਚਾਹ ਦਾ ਖਾਲੀ ਗਲਾਸ ਇੱਕ ਪਾਸੇ ਰੱਖ ਕੇ ਉੱਠ ਖੜਾ। ਵਿਧੀ ਚੰਦ ਹੈਰਾਨ ਹੋਇਆ, ਗੇਲੂ ਮਾਲਿਸ਼ ਵਾਲੇ ਨੂੰ ਤਾਂ ਪੂਰੀ ਮੰਡੀ ਜਾਣਦੀ ਸੀ, ਉਹਨੂੰ ਬਹੁਤੀ ਪੁੱਛ ਗਿੱਛ ਨਾ ਕਰਨੀ ਪਈ। ਜਦੋਂ ਗੇਲੂ ਦੇ ਟਿਕਾਣੇ 'ਤੇ ਪੁੱਜਾ, ਉੱਥੇ ਬਾਹਰ ਵਾਲੇ ਬਰਾਂਡੇ ਨੁਮਾ ਕਮਰੇ 'ਚ ਬੈਂਚਾਂ ਉੱਪਰ 8 ਕੁ ਜਨਾਨੀਆਂ, 5 ਬੰਦੇ ਬੈਠੇ ਸੀ, ਮਝੈਲ ਡਰਾਈਵਰ ਅਜੇ ਬਾਹਰ ਹੀ। ਵਿਧੀ ਚੰਦ ਨੂੰ ਵੇਖਦੇ ਹੀ ਬੋਲਿਆ, ਵਾਹ ਖਾਲਸਾ ਭਾਊ, ਹੱਦ ਕਰਤੀ ਜੇ ਲੱਭਣ ਵਾਲੀ। ਮਝੈਲ ਨੂੰ ਫਤਿਹ ਬੁਲਾ ਕੇ ਵਿਧੀ ਚੰਦ ਨੇ ਕਿਹਾ, ਮੈਨੂੰ ਤਾਂ ਬਲਕਾਰ ਤੋਂ ਪਤਾ ਲੱਗਿਆ, ਇਹ ਕਿਵੇਂ? ਬਸ ਖਾਲਸਾ ਭਾ, ਜਿਹੜਾ ਦੁੱਖ ਮਿਲਣਾ ਹੁੰਦਾ, ਊਠ 'ਤੇ ਬੈਠਿਆਂ ਨੂੰ ਕੁੱਤਾ ਵੱਢ ਜਾਂਦਾ, ਹੁਣ ਤਾਂ ਕੁਝ ਰਮਾਨ ਹੈਗਾ, ਮੈਨੂੰ ਤਾਂ ਟੱਟੀ ਬਈ ਕੇ ਖਲੋਣਾ ਔਖਾ ਹੋ ਗਿਆ। ਆਹ ਗੇਲੂ ਨੇ ਕੁਛ ਵੱਲ ਕੀਤਾ, 2-3 ਮਾਲਿਸ਼ਾਂ ਰਹਿ ਗਈਆਂ, ਹੁਣ ਤਾਂ ਵਾਰੀ ਆਣ ਡਈ ਜੀ, ਚੱਲਦੇ ਹਾਂ ਆਪਾਂ। ਵਿਧੀ ਚੰਦ ਨੇ ਵੇਖਿਆ ਅੰਦਰ ਵਾਲੇ ਦਰਵਾਜ਼ੇ 'ਤੇ ਇੱਕ ਮੈਲਾ ਜਿਹਾ ਪਰਦਾ ਲਟਕਾਇਆ ਸੀ, ਰੰਗ ਦਾ ਪਤਾ ਨਹੀਂ ਸੀ ਲੱਗਦਾ, ਅੰਦਰੋਂ ਬੋਲਣ ਦੀ ਆਵਾਜ਼ ਬਾਹਰ ਬੈਠਿਆਂ ਨੂੰ ਸੁਣਦੀ ਸੀ। ਕੁਛ ਦੇਰ ਪਿੱਛੋਂ ਇੱਕ 40-ਕੁ ਵਰਿਆਂ ਦੀ ਔਰਤ ਬਾਹਰ ਨਿਕਲੀ, ਨਾਲ ਹੀ ਮੈਲੇ ਪਰਦੇ 'ਚ 50-ਕੁ ਸਾਲਾਂ ਦੇ ਬੰਦੇ ਦਾ ਸਿਰ ਬਾਹਰ ਦਿਸਿਆ, ਸਿਰ 'ਤੇ ਵੱਟਦਾਰ ਪਗੜੀ, ਮੁੱਛਾਂ ਰੱਖੀਆਂ ਹੋਈਆਂ, ਦਾੜ੍ਹੀ ਸਫ਼ਾ 'ਚ। ਅਗਲੀ ਆਵੇ ਭਾਈ, ਬਾਹਰ ਕੱਢੇ ਮੂੰਹ ਨੇ ਆਵਾਜ਼ ਦਿੱਤੀ ਅਤੇ ਫਿਰ ਅੰਦਰ ਹੀ ਲੋਪ ਹੋ ਗਿਆ। 30-ਕੁ ਵਰਿਆਂ ਦੀ ਇੱਕ ਸ਼ੁਕੀਨ ਦਿਸਦੀ ਜਨਾਨੀ ਉੱਠ ਕੇ ਅੰਦਰ ਚਲੀ ਗਈ। ਮਝੈਲ ਨੇ ਫੁਸਫੁਸਾ ਕੇ ਪੁੱਛਿਆ, ਇਹੀ ਹੈ ਗੇਲੂ, ਹੱਥ ਬੜਾ ਸਾਫ਼ ਹੈ, ਜਿਹਨੂੰ ਛੂੰਹਦਾ ਬਸ। ਅੰਦਰੋਂ ਗੇਲੂ ਦੀ ਆਵਾਜ਼ ਸੁਣੀ, ਕੀ ਤਕਲੀਫ ਆ ਭਾਈ? ਮੱਧਮ ਜੀ ਆਵਾਜ਼ ਸੁਣੀ, ਮੇਰੀਆਂ ਪਿੰਜੜੀਆਂ 'ਚ ਦਰਦ ਰਹਿੰਦਾ, ਪੱਟ ਵੀ ਬਹੁਤ ਦੁਖਦੇ ਆ, ਸਾਰਾ ਦਿਨ ਚੀਸਾਂ ਪਈ ਜਾਂਦੀਆਂ, ਥੱਲੇ ਵਾਲਾ ਕੱਪੜਾ ਲਾਉਣਾ ਪਊ ਭਾਈ, ਮੁੱਧੀ ਲੇਟ ਜਾ, ਗੇਲੂ ਦੀ ਆਵਾਜ਼ ਸੁਣੀ। ਵਿਧੀ ਚੰਦ ਨੇ ਕੰਨ ਚੁੱਕ ਲਏ, ਇਸ ਤਰ੍ਹਾਂ ਹੀ ਦੇਖ ਲਓ ਤਾਂ,
ਮੈਂ ਕੱਪੜੇ ਤਾਂ ਨਹੀਂ ਲਾਉਣੇ, ਤੀਵੀਂ ਦੀ ਆਵਾਜ਼ ਆਈ। ਫਿਰ ਗੁੱਸੇ ਭਰੀ ਆਵਾਜ਼ ਸੁਣੀ, ਕੀ ਲੈਣ ਆਈ ਹੈ ਇੱਥੇ, ਇਸ ਤਰ੍ਹਾਂ ਨਹੀਂ ਮੈਂ ਇਲਾਜ ਕਰ ਸਕਦਾ, ਚੱਲ ਬਾਹਰ ਚੱਲ, ਮੇਰਾ ਵਕਤ ਨਾ ਬਰਬਾਦ ਕਰ। ਜਨਾਨੀ ਨੀਵੀਂ ਪਾਈ ਬਾਹਰ ਨਿਕਲ ਗਈ। ਅਗਲੀ ਆ ਜਾਏ ਅੰਦਰੋਂ ਆਵਾਜ਼ ਆਈ। ਕੁਛ ਦੇਰ ਬਾਅਦ ਗੇਲੂ ਦੀਆਂ ਆਵਾਜ਼ਾਂ ਬਾਹਰ ਸੁਣਨ ਲੱਗੀਆਂ। ਉਹ ਤੇਰਾ ਭਲਾ ਹੋ ਜਾਏ, ਉਹ ਤੂੰ ਮਰ ਜਾਏ, ਆ ਕੀ ਕਰਾਈ ਫਿਰਦੀ ਹੈ, ਧਰਨ ਤਾਂ ਜਮ੍ਹਾਂ ਡਿੱਗੀ ਪਈ ਹੈ ਹੇਠਾਂ। ਵਿਧੀ ਚੰਦ ਸੁਣ ਸੁਣ ਹੈਰਾਨ ਹੋਈ ਜਾ ਰਿਹਾ ਸੀ। ਕੁਛ ਬੋਲਣ ਲੱਗਾ ਤਾਂ ਮਝੈਲ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਮਝੈਲ ਦੀ ਵਾਰੀ ਆਈ ਤਾਂ ਵਿਧੀ ਚੰਦ ਨਾਲ ਹੀ ਅੰਦਰ ਚਲਾ ਗਿਆ। ਗੇਲੂ ਉਸ ਵੱਲ ਔਖਾ ਜਿਹਾ ਝਾਕਿਆ। ਮਝੈਲ ਨੇ ਦੱਸਿਆ, ਮੇਰਾ ਦੋਸਤ ਹੈ, ਉਹ ਪਰੇ ਬੈਂਚੀ 'ਤੇ ਬਹਿ ਜਾ ਸਿੰਘਾ। ਗੇਲੂ ਨੇ ਕਮਰੇ ਦੀ ਨੁੱਕਰ 'ਚ ਪਏ ਇੱਕ ਛੋਟੇ ਜਿਹੇ ਬੈਂਚ ਵੱਲ ਇਸ਼ਾਰਾ ਕੀਤਾ ਅਤੇ ਆਪਣਾ ਕੰਮ ਲੱਗ ਗਿਆ। ਗੇਲੂ ਦੀ ਮਾਲਿਸ਼ ਵਿੱਚ ਮੁਹਾਰਤ ਅਤੇ ਮਾਲਿਸ਼ ਦਾ ਢੰਗ ਵੇਖ ਕੇ ਵਿਧੀ ਚੰਦ ਬਹੁਤ ਪ੍ਰਭਾਵਿਤ ਹੋਇਆ। ਜਦੋਂ ਬੱਸ ਅੱਡੇ ਲਾਗੇ ਕਿਰਾਏ 'ਤੇ ਲਏ, ਮਝੈਲ ਦੇ ਕਮਰੇ 'ਚ ਆਏ ਤਾਂ ਵਿਧੀ ਚੰਦ ਨੇ ਕਿਹਾ, ਮਝੈਲਾ ਗੇਲੂ ਨੂੰ ਕਹਿ ਦੇ, ਕਹਿ ਕੇ ਦੋ ਚਾਰ ਗੁਰ ਮੈਨੂੰ ਵੀ ਸਿਖਾ ਦੇ ਮਾਲਿਸ਼ ਦੇ, ਉਹਨੇ ਦੱਸਣਾ ਨਹੀਂ ਕੁਝ, ਖਾਲਸਾ ਭਾਊ ਬੰਦਾ ਵੈੜਾ ਬੜਾ, ਸਮਝੂਗਾ ਇਹਨੇ ਕੱਲ੍ਹ ਨੂੰ ਮੇਰਾ ਸ਼ਰੀਕ ਬਣ ਬਹਿਣਾ, ਆਪਾਂ ਦੱਸਦੇ ਹੀ ਨਹੀਂ। ਤੂੰ ਕਹੀਂ ਇਹ ਪਟਨੇ ਵੱਲੋਂ ਆਇਆ, 5-7 ਦਿਨ ਹੀ ਇੱਥੇ ਆ, ਵਾਪਸ ਚਲੇ ਜਾਣਾ। ਵਿਧੀ ਚੰਦ ਨੇ ਵਿਉਂ ਤਾਂ ਦੱਸੀ, ਪੁੱਛ ਕੇ ਦੇਖ ਲਾਂਗੇ। ਇੱਕ ਵਾਰੀ ਮਾਲਿਸ਼ 'ਤੇ ਕਿੰਨੇ ਲੈਂਦਾ? 30 ਰੁਪਏ। 7 ਮਾਲਿਸ਼ਾਂ ਕਰਦਾ? ਊਂ ਭਾਈ ਖਾਲਸਾ, ਇੱਕ ਗੱਲ ਹੈ, ਡਾਕਟਰਾਂ ਦੇ ਟੀਕੇ ਇੰਨਾ ਅਸਰ ਨਹੀਂ ਕਰਦੇ, ਇਹ ਤਾਂ ਬਸ ਮੈਨੂੰ ਤਾਂ 2-3 ਨੁਕਤੇ ਦੱਸ ਦੇਵੇ, ਬਾਕੀ ਮੈਂ ਆਪੇ ਕਰ ਲਊਂ। ਜੇ ਕਹੇ ਤਾਂ ਗੇਲੂ ਨੂੰ ਪਗੜੀ ਦੇ ਕੇ ਗੁਰੂ ਮੰਨ ਲੈਂਦੇ ਹਾਂ, ਰਹੂੰ ਵੀ ਇੱਥੇ ਤੇਰੇ ਕੋਲ ਹੀ 5-6 ਦਿਨ, ਮੈਂ ਆਖ ਵੀ ਆਇਆ ਪਿੰਡ ਗੁਰੂ ਦੇ ਦਰਸ਼ਨਾਂ ਨੂੰ ਚੱਲਿਆ। ਵਿਧੀ ਚੰਦ ਦੀਆਂ ਗੱਲਾਂ ਤੋਂ ਲੱਗਦਾ ਸੀ ਉਹ ਮਾਲਿਸ਼ ਸਿੱਖਣ ਲਈ ਕਾਫੀ ਉਤਾਵਲਾ ਸੀ। ਕੀ ਪਤਾ ਗੁਰੂ ਆਪੇ ਵਿਧੀ ਚੰਦ ਲਈ ਵਿਧੀ ਬਣਾਈ ਜਾਂਦਾ। ਵਿਧੀ ਚੰਦ ਨੇ ਜਿਵੇਂ ਆਪਣੇ ਆਪ ਨੂੰ ਕਿਹਾ, ਮਝੈਲ ਦੀਆਂ ਜੇ 2 ਮਾਲਿਸ਼ਾਂ ਬਾਕੀ ਸਨ, ਉਹਨੂੰ ਕਾਫੀ ਆਰਾਮ ਜਾਪ ਰਿਹਾ ਸੀ, ਕਿੱਥੇ ਉਸ ਕੋਲੋਂ ਬੈਠਿਆ ਖੜਿਆ ਵੀ ਨਹੀਂ ਸੀ ਜਾਂਦਾ। ਹੁਣ ਉਹਨੂੰ ਭਰੋਸਾ ਸੀ ਜੇ ਗੱਡੀ ਦੀ ਸੀਟ 'ਤੇ ਬੈਠ ਗਿਆ ਤਾਂ ਚੰਡੀਗੜ੍ਹ ਦਾ ਗੇੜਾ ਲਾ ਸਕਦਾ। ਅਗਲੇ 2 ਦਿਨ ਵੀ ਵਿਧੀ ਚੰਦ ਮਝੈਲ ਦੇ ਨਾਲ ਹੀ ਰਿਹਾ। ਜਦ ਮਝੈਲ ਨੇ ਵਿਧੀ ਚੰਦ ਬਾਰੇ ਗੇਲੂ ਨੂੰ ਸਾਰੀ ਗੱਲ ਦੱਸਣੀ ਚਾਹੀ ਤਾਂ ਉਹਨੇ ਕਿਹਾ, ਦੁਪਹਿਰ ਤੋਂ ਬਾਅਦ ਆਇਓ, ਹੁਣ ਤਾਂ ਮੇਰੇ ਕੋਲ ਗੱਲ ਸੁਣਨ ਦੀ ਵਿਹਲ ਨਹੀਂ। ਫਿਰ ਦੁਪਹਿਰ ਵੇਲੇ ਮਝੈਲ ਦੀ ਹਾਜ਼ਰੀ 'ਚ ਵਿਧੀ ਚੰਦ ਨੇ ਗੇਲੂ ਦੀਆਂ ਸਿਫਤਾਂ ਦੇ ਢੇਰ ਲਾ, ਮੈਂ ਤਾਂ ਪਟਨੇ ਕਲਕੱਤੇ ਤੱਕ ਤੁਹਾਡੀ ਪ੍ਰਸਿੱਧੀ ਕਰ ਦਿਉਂ, ਦੂਰੋਂ ਦੂਰੋਂ ਮਰੀਜ਼ ਆਉਣਗੇ ਇੱਥੇ, ਬੰਗਾਲ ਬਿਹਾਰ 'ਚ ਗੇਲੂ ਗੇਲੂ ਮਾਲਸ਼ਾਲਾ ਹੋਜੂ। ਗੇਲੂ ਫੁੱਲ ਕੇ ਕੁੱਪਾ ਹੋ ਗਿਆ। ਖੁੱਲ੍ਹੀ ਦਾੜ੍ਹੀ, ਦਰਸ਼ਨੀ ਚਿਹਰਾ, ਰੋਬਦਾਰ ਕੱਦ ਕਾਟ, ਸਲੀਕੇ ਨਾਲ ਬੰਨੀ ਪਗੜੀ, ਬਾਹਰ ਦੀ ਗਾਤਰਾ, ਪੂਰਾ ਗੁਰਸਿੱਖ। ਵਿਧੀ ਚੰਦ ਨੇ ਜਿਵੇਂ ਗੇਲੂ 'ਤੇ ਜਾਦੂ ਕਰਤਾ। ਗੇਲੂ ਨੇ ਮਝੈਲ ਨੂੰ ਮੁੱਦਾ ਪੈਣ ਲਈ ਕਿਹਾ, ਫਿਰ ਵਿਧੀ ਚੰਦ ਨੂੰ ਸਮਝਾਉਣ ਲੱਗਾ, ਰੀੜ ਦੀ ਹੱਡੀ 'ਚ ਦਰਦ ਹੋਵੇ ਤਾਂ ਕਿਹੜੇ ਮਣਕੇ ਤੋਂ ਸ਼ੁਰੂ ਕਰਕੇ ਕਿਹੜੇ ਮਣਕੇ ਤੱਕ ਮਾਲਿਸ਼ ਕਰਨੀ ਹੈ, ਡਿਸਕ ਹਿੱਲੀ ਹੋਵੇ ਤਾਂ ਕਿਵੇਂ ਥਾਂ ਸਿਰ ਕਰਨੀ ਹੈ, ਪਿੰਜੜੀਆਂ ਫੁੱਲਦੀਆਂ ਹੋਣ, ਪੱਟਾਂ 'ਚ ਦਰਦ ਹੋਵੇ, ਧਰਨ ਡਿੱਗੀ ਹੋਵੇ, ਗੇਲੂ ਦੱਸਦਾ ਗਿਆ, ਵਿਧੀ ਚੰਦ ਦੇ ਹੱਥ ਫੜ ਕੇ ਸਮਝਾਉਂਦਾ ਗਿਆ। ਵਾਹ, ਵਿਧੀ ਚੰਦ ਦੇ ਮਨ ਅੰਦਰ ਹੀ ਸੋਚਿਆ, ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਉਹਨੇ ਝੱਕਦਿਆਂ ਝੱਕਦਿਆਂ ਪੁੱਛਿਆ, ਤੁਸੀਂ ਔਰਤਾਂ ਨੂੰ ਵੀ ਕੱਪੜੇ ਉਤਾਰਨ ਲਈ ਆਖਦੇ ਹੋ? ਦੇਖ ਭਾਈ ਸਿੱਖਾ, ਇਹ ਕਾਰਜ ਬੜਾ ਪਵਿੱਤਰ ਹੈ, ਜੇ ਤੁਹਾਡੀ ਨੀਅਤ 'ਚ ਜ਼ਰਾ ਕੁ ਵੀ ਖੋਟ ਹੈ, ਮਰੀਜ਼ ਨੂੰ ਰਤੀ ਭਰ ਫਾਇਦਾ ਨਹੀਂ ਹੋਣਾ। ਹੁਣ ਤੀਵੀਆਂ 6-6 ਗਜ਼ਾਂ ਦੀਆਂ ਸਲਵਾਰਾਂ ਪਾਈ ਫਿਰਦੀਆਂ, ਮਾਲਿਸ਼ ਕਿਵੇਂ ਹੋਊ? ਜਿਹੜੀ ਨਾੜ ਲੱਭਣੀ ਹੈ ਕੋਈ ਹੋਰ ਦੱਬੀ ਗਈ ਤਾਂ ਸਿਆਪਾ ਉਲਟਾ ਪਾਓ। ਅੱਜ ਕੱਲ੍ਹ ਵੇਲਾ ਮਾੜਾ ਹੈ ਸਿੱਖਾ, ਹਸਾਉਣ ਦਾ ਕਿਸੇ ਮੁੱਲ ਨਹੀਂ ਦੇਣਾ, ਰੋਣ ਦਾ ਪੰਗਾ ਜ਼ਰੂਰ ਪੈ ਸਕਦਾ, ਇਸੇ ਕਰਕੇ ਗੇਲੂ ਰਿਸਕ ਨਹੀਂ ਲੈਂਦਾ। ਜਿਹੜੀ ਕੱਪੜੇ ਲਾਉਣ ਤੋਂ ਤੜੀ ਫੜੀ ਕਰਦੀ ਹੈ ਉਹਨੂੰ ਕਹੀਦਾ, ਉਹ ਦਰਵਾਜ਼ਾ ਸਾਹਮਣੇ ਪੱਤੇ ਤੋੜ ਹੋ ਜਾਏ। ਹੁਣ ਇੱਥੇ ਜਿਹੜੀਆਂ ਆਉਂਦੀਆਂ ਬਹੁਤੀਆਂ ਨੂੰ ਪਤਾ ਹੈ ਗੇਲੂ ਮਾਲਿਸ਼ ਕਿਵੇਂ ਕਰਦਾ, ਕਹਿਣ ਦੀ ਲੋੜ ਨਹੀਂ, ਬਿਨਾਂ ਕਹੇ ਤੋਂ ਲੀੜੇ ਲਾ ਕੇ ਸਿਰਹਾਣੇ ਰੱਖ ਲੈਂਦੇ। ਪਰ ਇਉਂ ਬਿਨਾਂ ਕੱਪੜਿਆਂ ਤੋਂ ਪਈ ਤੀਵੀਂ ਵਿਧੀ ਚੰਦ ਨੇ ਗੱਲ ਵਿੱਚ ਹੀ ਛੱਡ, ਮੈਂ ਤੇਰੀ ਗੱਲ ਸਮਝਦਾ ਸਿੱਖਾ, ਇਸੇ ਕਰਕੇ ਮੈਂ ਆਖਿਆ ਸੀ ਨੀਅਤ 'ਚ ਭੋਰਾ ਵੀ ਖੋਟ ਨਹੀਂ ਹੋਣਾ ਚਾਹੀਦਾ। ਮੇਰੇ ਸਾਹਮਣੇ ਨੰਗੀ ਪਈ ਤੀਵੀਂ ਨਹੀਂ ਹੁੰਦੀ, ਮੇਰਾ ਮਰੀਜ਼ ਹੁੰਦਾ ਹੈ ਜਿਹਦੀ ਮੈਂ ਤਕਲੀਫ ਦੂਰ ਕਰਨੀ ਹੁੰਦੀ ਹੈ। ਧਰਨ ਟਿਕਾਣੇ ਕਰਨ ਵੇਲੇ ਤਾਂ ਤੀਵੀਂ ਨੂੰ ਸਿੱਧਾ ਲਟਾਉਣਾ ਪੈਂਦਾ,
ਵਾਹਿਗੁਰੂ। ਬਿਧੀ ਚੰਦ ਦੇ ਮੂੰਹ ਸੁਭਾਵਕ ਨਿਕਲ ਗਿਆ। ਬਿਧੀ ਚੰਦ ਪੂਰੇ 5 ਦਿਨ ਗੇਲੂ ਕੋਲ ਆਉਂਦਾ ਰਿਹਾ। ਗੇਲੂ ਨੇ ਬਿਧੀ ਚੰਦ ਕੋਲੋਂ ਮਗਰਲੇ ਦਿਨ ਮਰੀਜ਼ਾਂ ਦੀ ਮਾਲਿਸ਼ ਕਰਵਾ ਕੇ ਵੀ ਪਰਖ ਕੀਤੀ। ਉਸ ਕੋਲ ਘੋਟਣੇ ਵਰਗਾ ਇੱਕ ਵੇਲਣਾ ਸੀ, ਜਿਹੜਾ ਔਰਤਾਂ ਅਤੇ ਮਰਦਾਂ ਦੇ ਪੱਟਾਂ ਅਤੇ ਪਿੰਜੜੀਆਂ ਅਤੇ ਖੱਲੀਆਂ ਕੱਢਣ ਲਈ ਫੇਰਦਾ ਸੀ। ਉਹਨੂੰ ਵਰਤਣ ਦੀ ਜਾਂਚ ਵੀ ਬਿਧੀ ਚੰਦ ਨੇ ਸਿੱਖ ਲਈ। ਸਰੀਰ ਦੇ ਕਿਹੜੇ ਹਿੱਸੇ 'ਤੇ ਕਿੰਨਾ ਦਬਾਅ ਪਾਉਣਾ ਹੈ ਇਹ ਵੀ ਜਾਣ ਗਿਆ। ਗੇਲੂ ਕੋਲੋਂ ਪੂਰੀ ਜਾਣਕਾਰੀ ਲੈ ਕੇ ਮੰਡੀ 'ਚ ਇੱਕ ਲੱਕੜੀ ਦੇ ਖਰਾਦ ਵਾਲੇ ਤੋਂ ਉਸੇ ਤਰ੍ਹਾਂ ਦਾ ਯੰਤਰ ਬਣਾ ਲਿਆ। ਉਸੇ ਸ਼ਾਮ ਜਦ ਮਜੈਲ ਚੰਡੀਗੜ੍ਹ ਤੋਂ ਵਾਪਸ ਮੁੜਿਆ ਤਾਂ ਕਮਰੇ 'ਚ ਉਹਨੂੰ ਮੋਢਾ ਲਟਾ ਕੇ ਉਹਦੇ ਲੱਕ 'ਤੇ ਚੂਲੇ ਦੀ ਮਾਲਿਸ਼ ਕਰਕੇ ਪੁੱਛਿਆ, ਗੇਲੂ ਨਾਲੋਂ ਕਿੰਨਾ ਕੁ ਫਰਕ ਲੱਗਦਾ? ਖਾਲਸਾ ਭਾਊ, ਮੈਨੂੰ ਤਾਂ ਇੱਦਾਂ ਲੱਗਿਆ ਜਿਵੇਂ ਗੇਲੂ ਹੀ ਮਾਲਿਸ਼ ਕਰੀ ਜਾਂਦਾ। ਬਿਧੀ ਚੰਦ ਖੁਸ਼ ਹੋ ਗਿਆ। ਬਲਕਾਰੇ ਦੇ ਆਖਰੀ ਟਾਈਮ ਵੇਲੇ ਤਿੰਨਾਂ ਨੇ ਢਾਬੇ 'ਚ ਦਾਰੂ ਪੀਤੀ। ਫਿਰ ਬਿਧੀ ਚੰਦ ਕੋਠਿਆਂ 'ਚ ਨਵਾਂ ਕ੍ਰਿਸ਼ਮਾ ਦਿਖਾਉਣ ਲਈ ਕੱਛ ਵਿੱਚ ਮਾਲਿਸ਼ ਵਾਲਾ ਵੇਲਣਾ ਚੁੱਕੀ ਸਕੂਲ ਵਾਲੇ ਪਾਸੇ ਦੇ ਅੱਡੇ 'ਚ ਮਿੰਨੀ ਬੱਸ ਤੋਂ ਆ ਉਤਰਿਆ। ਅੰਗ 39ਵਾਂ। ਜਦ ਪੰਤੋ ਸਰਪੰਚਾਂ ਦੇ ਗੋਹੇ ਕੂੜੇ ਤੋਂ ਵਿਹਲੀ ਹੋ ਕੇ ਬਿਧੀ ਚੰਦ ਦੇ ਘਰ ਦੀ ਸਫਾਈ ਕਰਨ ਆਈ ਤਾਂ ਬੂਹਾ ਖੁੱਲ੍ਹਾ ਵੇਖ ਕੇ ਖਿੜ ਗਈ। ਅੰਦਰ ਆਉਂਦਿਆਂ ਹੀ ਪੁੱਛਿਆ, ਸੂਬੇਦਾਰਾ, ਘਰ ਆਇਆ ਗੁਰੂ ਦੇ ਦਰਸ਼ਨ? ਮੈਂ ਤਾਂ ਘਰ ਆਇਆ, ਜੀਵਨ ਸਫਲ, ਤੂੰ ਕਿਵੇਂ ਆ? ਬਿਧੀ ਚੰਦ ਨੇ ਦਾੜੀ ਨੂੰ ਪਲੋਸਿਆ, ਮੈਂ ਵੀ ਠੀਕ ਹੋ ਜੂੰ, ਮੇਰਾ ਕੀ ਆ? ਚੰਗਾ ਹੋ ਗਿਆ ਤੂੰ ਆ ਗਿਆ ਭਾਈ, ਮੈਨੂੰ ਤਾਂ ਸੁੰਨਾ ਜਿਹਾ ਘਰ ਬੜਾ ਭੈੜਾ ਲੱਗਦਾ ਸੀ। ਆਖਦਿਆਂ ਭੰਤੋ ਨੇ ਚੁੰਨੀ ਨਲਕੇ 'ਤੇ ਰੱਖਦਿਆਂ ਬੌਕਰ ਚੁੱਕ ਲਈ। ਫਿਰ ਪੁੱਛਿਆ, ਚਾਹ ਪੀ ਲਈ ਕਿ ਬਣਾ ਦਿਆਂ? ਚਾਹ ਤਾਂ ਪੀ ਲਈ ਭੰਤੋ। ਭੰਤੋ ਆਪਣੇ ਕੰਮ ਲੱਗ ਗਈ। ਬਿਧੀ ਚੰਦ ਨੇ ਧੋਣ ਵਾਲੇ ਕੱਪੜੇ ਨਲਕੇ ਕੋਲ ਲਿਆ ਰੱਖੇ। ਫਿਰ ਬਿਨਾਂ ਮਤਲਬ ਹੀ ਘਰ ਦਾ ਨਿਰੀਖਣ ਕਰਨ ਲੱਗਾ। ਕਦੇ ਪਿੱਛੇ ਮਲਬੇ ਵੱਲ, ਕਦੇ ਬਰਾਂਡੇ ਵੱਲ ਗੇੜੇ ਕੱਢਦਾ ਰਿਹਾ। ਭੰਤੋ ਸਫਾਈ ਕਰਕੇ ਕੱਪੜੇ ਧੋਣ ਬੈਠ ਗਈ। ਬਿਧੀ ਚੰਦ ਕੋਠੜੀ ਅੰਦਰ ਜਾ ਕੇ ਪੈ ਗਿਆ। ਕੱਪੜੇ ਧੋ ਕੇ ਆਟਾ ਗੁੰਨ ਕੇ ਭੰਤੋ ਨੇ ਪੁੱਛਿਆ, ਸੂਬੇਦਾਰਾ, ਕਹਿੰਦੇ ਤਾਂ ਰੋਟੀਆਂ ਪਕਾ ਜਾਵਾਂ, ਤੂੰ ਜੇ ਦੁਪਹਿਰ ਆ ਕੇ ਪਕਾ ਦੇਵੇਂ, ਨਾਲੇ ਤੇਰੇ ਨਾਲ ਇੱਕ ਕੰਮ ਹੈ। ਸਫਾਈ ਦਾ ਕੰਮ ਤਾਂ ਨਿਬੇੜਤਾ ਸਾਰਾ, ਹੋਰ ਵੀ ਕੰਮ ਹੁੰਦੇ ਆ ਬਥੇਰੇ, ਘਰੇ ਰੋਟੀਆਂ ਪਕਾਵਾਂ ਫਿਰ, ਆ ਕੇ ਭੰਤੋ ਚਲੀ ਗਈ। ਬਿਧੀ ਚੰਦ ਨਹਾਉਣ ਲਈ ਬਾਲਟੀ ਭਰਨ ਲੱਗਾ। ਮਾਘੀ ਨੇ ਆ ਕੇ ਸਿਰ ਕੱਢਿਆ, ਉਹ ਕਿਹੜੀਆਂ ਰੋਈਆਂ 'ਤੇ ਚੜ੍ਹ ਗਿਆ ਇੰਨੇ ਦਿਨ ਫੌਜੀ ਆ? ਗੁਰੂ ਦਰਸ਼ਨਾਂ ਨੂੰ ਗਿਆ ਸੀ, ਉਹੀ ਗੁਰੂ ਤਾਂ ਨਹੀਂ ਅੱਖਾਂ ਦੀ ਦਾਰੂ ਵਾਲਾ? ਮਾਘੀ ਨੇ ਛੇੜਿਆ, ਨਾ ਨਾ, ਇਹ ਤਾਂ ਹਰਿਆਣੇ ਵੱਲ ਹੈ। ਫਿਰ ਇਕੱਠੇ ਹੋਈਏ ਆਥਣੇ ਆਪਾਂ ਤਾਂ ਕਦੇ ਹੁਣ ਨਹੀਂ। ਮਾਘੀ, ਮੈਂ ਤਾਂ ਹੁਣ ਨਾਮ ਸ਼ਬਦ ਲੈ ਲਿਆ, ਅੰਮ੍ਰਿਤ ਵੀ ਛਕਿਆ ਹੋਇਆ, ਸਾਰੀਆਂ ਭੁੱਲਾਂ ਬਖਸ਼ਤੀਆਂ ਗੁਰੂ ਨੇ, ਹੁਣ ਹੋਰ ਪਾਪ ਨਹੀਂ ਚੜ੍ਹਾਉਣੇ, ਤਾਂ ਫਿਰ ਸਮਝ ਲਈਏ ਸਾਡੀ ਢਾਣੀ ਦਾ ਇੱਕ ਯਾਰ ਤਾਂ ਗਿਆ। ਮਾਘੀ ਨੇ ਅੰਦਰੋਂ ਦੁਖੀ ਹੁੰਦਿਆਂ ਕਿਹਾ, ਜਿਵੇਂ ਤੇਰੀ ਮਰਜ਼ੀ, ਊਂ ਜਦੋਂ ਮਰਜ਼ੀ ਆ ਜੀ ਸਦਕੇ, ਪਰ ਹੁਣ ਮਹਿਫਲਾਂ ਨਹੀਂ ਲੱਗਣੀਆਂ। ਬਿਧੀ ਚੰਦ ਰੁੱਖਾ ਜਿਹਾ ਬੋਲਿਆ। ਮਾਘੀ ਨੂੰ ਇੱਕਦਮ ਮੁੜਨਾ ਔਖਾ ਲੱਗਿਆ। ਉਹ ਨਹਾਉਂਦੇ ਬਿਧੀ ਚੰਦ ਕੋਲ ਕੁਛ ਦੇਰ ਖੜ੍ਹਾ ਰਿਹਾ, ਫਿਰ ਚੰਗਾ ਫੌਜੀਆ ਕਹਿ ਕੇ ਚਲਾ ਗਿਆ। ਦੁਪਹਿਰ ਤੋਂ ਥੋੜ੍ਹਾ ਪਿੱਛੋਂ ਭੰਤੋ ਆ ਗਈ। ਬਿਧੀ ਚੰਦ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ। ਉਹਨੂੰ ਗੁਰੂ ਕੋਲ ਜਾਣ ਦੀਆਂ ਅਤੇ ਮਾਲਿਸ਼ ਰਾਹੀਂ ਲੱਕ ਦਰਦ, ਲੱਤਾਂ ਪੱਟਾਂ, ਧਰਨ ਹਿੱਲੀ ਦੀਆਂ ਤਕਲੀਫਾਂ ਦੂਰ ਕਰਨ ਦੀਆਂ ਗੱਲਾਂ ਦੱਸੀਆਂ। ਲੱਤਾਂ ਤਾਂ ਮੇਰੀਆਂ ਵੀ ਟੁੱਟੀਆਂ ਜਾਂਦੀਆਂ ਸੂਬੇਦਾਰ, ਸੌਂ ਭਰਾਵਾਂ ਦੀ ਮਸਾਂ ਜਾ ਕੇ ਮੰਜੇ 'ਤੇ ਡਿੱਗਦੀਆਂ, ਲੱਤਾਂ 'ਚੋਂ ਸੇਕ ਨਿਕਲਦਾ। ਭੰਤੋ ਆਪਣੀਆਂ ਲੱਤਾਂ ਘੁੱਟਣ ਲੱਗ ਪਈ। ਇਹ ਤਾਂ ਐਂ ਠੀਕ ਹੋ ਜਾਣਗੀਆਂ, ਬਿਧੀ ਚੰਦ ਨੇ ਚੁਟਕੇ ਮਾਰੇ। ਝੇਡਾਂ ਤਾਂ ਨਹੀਂ ਕਰਦਾ ਸੂਬੇਦਾਰ? ਭੰਤੋ ਨੂੰ ਯਕੀਨ ਨਾ ਆਇਆ। ਹੈ ਕਮਲੀ ਨਾ ਹੋਵੇ, ਝੇਡਾਂ ਕਾਹਤੋਂ ਕਰਨੀਆਂ? ਗੁਰੂ ਦੀ ਬਾਣੀ ਪੜ੍ਹੀ ਦੀ ਹੈ, ਗੁਰੂ ਦਾ ਸਿੱਖ ਝੂਠ ਨਹੀਂ ਬੋਲਦਾ ਹੁੰਦਾ। ਤੂੰ ਅੰਦਰ ਚੱਲ, ਬਿਧੀ ਚੰਦ ਨੇ ਪੂਰੇ ਭਰੋਸੇ ਨਾਲ ਕਿਹਾ, ਉੱਠ ਕੇ ਖੜ੍ਹਾ ਹੋ ਗਿਆ। ਭੰਤੋ ਨੇ ਕੋਠੜੀ ਅੰਦਰ ਜਾ ਕੇ ਵੇਖਿਆ, ਹੇਠਾਂ ਫਰਸ਼ 'ਤੇ ਦਰੀ ਵਿਛਾਈ ਹੋਈ ਸੀ। ਬਿਧੀ ਚੰਦ ਵੀ ਮਗਰੇ ਆਉਂਦਾ ਬੋਲਿਆ, ਦਰੀ 'ਤੇ ਮੁੱਧੀ ਲੇਟ ਜਾ। ਵੇ ਸੂਬੇਦਾਰਾ, ਇਹ ਕਿਹੜਾ ਇਲਾਜ ਆ ਤੇਰਾ? ਪੁੱਛੀ ਤਾਂ ਨਹੀਂ ਹੁੰਦਾ, ਅਜੇ ਤਾਂ ਮੈਂ ਤੈਨੂੰ ਆਪਣੇ ਗੁਰੂ ਵਾਂਗੂ ਕੱਪੜੇ ਲਾਉਣ ਨੂੰ ਨਹੀਂ ਕਿਹਾ। ਭੰਤੋ ਜਕੋ ਤੱਕੀ 'ਚ ਖੜ੍ਹੀ ਰਹੀ, ਫਿਰ ਦਰੀ ਉੱਪਰ ਮੁੱਧੀ ਲੇਟ ਗਈ। ਪਰ ਅੱਖ ਉਹਦੀ ਬਿਧੀ ਚੰਦ ਸੀ। ਬਿਧੀ ਚੰਦ ਨੇ ਇੱਕ ਪਾਸੇ ਰੱਖਿਆ ਘੋਟਣੇ ਵਰਗਾ ਵੇਲਣਾ ਚੁੱਕਿਆ,
ਭੰਤੋ ਦੇ ਨੇੜੇ ਹੋਇਆ ਤਾਂ ਉਹ ਲੇਰ ਮਾਰ ਕੇ ਉੱਠੀ। ਇਹਦੇ ਨਾਲ ਕੀ ਕਰੇਗਾ ਸੂਬੇਦਾਰ? ਅਨਪੜ੍ਹ ਖਾਤੂਨ ਸਵਾਲ ਨਹੀਂ ਕਰਤੇ, ਪੁੱਠੀ ਲੇਟ। ਮੈਂ ਨਹੀਂ ਲੇਟਦੀ ਲੁੜਦੀ, ਤੂੰ ਆਕਾ ਨੂੰ ਚੱਕ ਲਿਆ ਘੋਟਣਾ। ਭੰਤੋ ਇੱਕ ਵਾਰ ਤਾਂ ਵੇਖ, ਤੈਨੂੰ ਨਾ ਚੰਗਾ ਲੱਗਿਆ ਤਾਂ ਉੱਠ ਪਈ। ਬਿਧੀ ਚੰਦ ਨੇ ਉਹਦਾ ਮੋਢਾ ਪਲੋਸਿਆ ਜਿਵੇਂ ਵਿਗੜੀ ਘੋੜੀ ਨੂੰ ਮਨਾਉਂਦਾ ਹੋਵੇ। ਭੰਤੋ ਫੇਰ ਲੇਟ ਗਈ। ਬਿਧੀ ਚੰਦ ਨੇ ਪਹਿਲਾਂ ਪਿੰਜੜੀਆਂ ਉੱਤੇ ਪੋਲੇ ਪੋਲੇ ਹੱਥ ਫੇਰੇ, ਮੁੱਠੀਆਂ ਭਰੀਆਂ। ਭੰਤੋ ਨੂੰ ਆਨੰਦ ਆਉਣ ਲੱਗਾ। ਫਿਰ ਬਿਧੀ ਚੰਦ ਪੋਲਾ ਪੋਲਾ ਵੇਲਣਾ ਫੇਰਨ ਲੱਗਾ। ਭੰਤੋ ਟਿੱਕੀ ਪਈ ਰਹੀ। ਬਿਧੀ ਚੰਦ ਨੇ ਹੌਲੀ ਹੌਲੀ ਵੇਲਣੇ ਦਾ ਦਬਾਅ ਵਧਾਇਆ। ਪਹਿਲਾਂ ਭੰਤੋ ਦੇ ਮੂੰਹੋਂ ਦਰਦ ਨਾਲ ਹਾਏ ਨਿਕਲਿਆ, ਫਿਰ ਉਹ ਸਵਾਦ ਹਾ ਹਾ ਕਰਨ ਲੱਗੀ। ਬਿਧੀ ਚੰਦ ਦਬਾਅ ਵਧਾਉਂਦਾ ਗਿਆ, ਭੰਤੋ ਸ਼ਾਂਤ ਅੱਖਾਂ ਬੰਦ ਕਰੀ ਪਈ ਰਹੀ। ਹੁਣ ਸਿੱਧੀ ਲੇਟ, ਬਿਧੀ ਚੰਦ ਨੇ ਕਿਹਾ। ਭੰਤੋ ਸਿੱਧੀ ਹੋ ਗਈ। ਪੱਟ ਨੰਗੇ ਕਰਨੇ ਪੈਣਗੇ, ਬਿਧੀ ਚੰਦ ਨੇ ਹੁਕਮ ਦੇਣ ਵਰਗੀ ਲਹਿਜੇ 'ਚ ਕਿਹਾ। ਬਿਨਾਂ ਹੀਲ ਹੁਜਤ ਭੰਤੋ ਨੇ ਪੱਟ ਨੰਗੇ ਕਰਤੇ। ਵੇਲਣਾ ਪੱਟਾਂ 'ਤੇ ਫਿਰਨ ਲੱਗਾ, ਖੱਲੀਆਂ ਮਰਨ ਲੱਗੀਆਂ। ਭੰਤੋ ਸਰੀਰ ਢਿੱਲਾ ਛੱਡੀ ਪਈ ਰਹੀ। ਚੱਲ ਉੱਠ। ਬਿਧੀ ਚੰਦ ਦੀ ਆਵਾਜ਼ ਸੁਣ ਕੇ ਭੰਤੋ ਅਜੀਬ ਜਿਹੇ ਆਨੰਦ 'ਚ ਲੇਟੀ ਰਹੀ। ਉੱਠ ਪੈ ਹੁਣ ਕਿ? ਭੰਤੋ ਉੱਠ ਬੈਠੀ, ਆਪਣੇ ਪੱਟਾਂ 'ਤੇ ਹੱਥ ਫੇਰਨ ਲੱਗੀ। ਚਾਹ ਬਣਾ ਕਰੜੀ ਜੀ, ਤੂੰ ਪੀ ਲੈ ਨਾਲੇ ਮੈਨੂੰ ਪਿਆ। ਕਹਿੰਦੇ ਆ ਬਿਧੀ ਚੰਦ ਨੇ ਵੇਲਣਾ ਜਿੱਥੋਂ ਚੁੱਕਿਆ ਸੀ ਉੱਥੇ ਹੀ ਰੱਖ ਦਿੱਤਾ। ਧੰਨਵਾਦ, ਚੱਲਦਾ।